ਲਿਆ ਸਬਰ ਦੀ ਜੰਗ ਤੈਨੂੰ ਆਸ਼ਿਕ ਕਿਸੇ ਨੇ ਚਾਂਦਨੀ ਚੌਂਕ ਅੰਦਰ ਤੇ ਮਰ ਕੇ ਜਾਣ ਦਾ ਦੱਸਿਆ ਢੰਗ ਤੈਨੂੰ ਮਸਤੀ ਲੱਥੀ ਨਾ ਤੇਰੀ ਮਸਤਾਨਿਆ ਵੇ ਤੇ ਦਿੱਤਾ ਸਮੇਂ ਨੇ ਸੁਲੀ ਤੇ ਟੰਗ ਤੈਨੂੰ ਹੋ ਜਾ ਜਾ ਸੜੇ ਤੂੰ ਪੱਠੀਆਂ ਵਿੱਚ ਪੈ ਪੈ ਤਿਉਂ ਤਿਉਂ ਚੜੇ ਪਰਵਾਨਿਆਂ ਰੰਗ ਤੈਨੂੰ ਤੀਲੋ ਦੇ ਉੱਤੇ ਬਹਿ ਕੇ ਸ਼ੁਕਰ ਗੁਜ਼ਾਰਿਆ ਤੇਰਾ ਪਾਣਾ ਮਿੱਠਾ ਲਾਗੇ ਮੁੱਖ ਚੋਂ ਉਚਾਰਿਆ ਮੁੱਖ ਚੋਂ ਉਚਾਰਿਆ ਤੇਰਾ ਪਾਣਾ ਮਿੱਠਾ ਲਾਗੇ
ਦੱਸਾਂ ਲੋਕੋ ਜੋ ਜੋ ਜ਼ੁਲਮ ਗੁਰਾਂ ਤੇ ਹੋਇਆ। ਕੈਰ ਵੇਖ ਕੇ ਅੰਬਰੀ ਉਸ ਦਿਨ ਹੰਝੂ ਭਰ ਭਰ ਰੋਇਆ। ਜ਼ੁਲਮ ਗੁਰਾਂ ਤੇ ਹੋਇਆ। ਕੈਰ ਵੇਖ ਕੇ ਅੰਬਰ ਉਸ ਦਿਨ ਹੰਝੂ ਭਰ ਭਰ ਰੋਇਆ। ਕੀ ਦੱਸਾਂ ਲੋਕੋ ਜੋ ਜੋ ਜ਼ੁਲਮ ਗੁਰਾਂ ਤੇ ਹੋਇਆ। ਕੈਰ ਵੇਖ ਕੇ ਅੰਬਰ ਉਸ ਦਿਨ ਹੰਝੂ ਭਰ ਭਰ ਰੋਇਆ। ਬੈਠੇ ਸ਼ਾਂਤ ਵੀ ਦੇ ਉੱਤੇ ਚੰਦੂ ਚੰਦ ਰੇਣੇ ਵੇਖੋ ਇਹ ਕੀ ਲੋੜ ਮਾਰਿਆ। ਤੇਰਾ ਪਾਣਾ ਮਿੱਠਾ ਲਾਗੇ ਮੁੱਖ ਚੋਂ ਉਚਾਰਿਆ, ਮੁੱਖ ਚੋਂ ਉਚਾਰਿਆ ਤੇਰਾ ਪਾਣਾ ਮਿੱਠਾ ਲਾਗੇ। ਦੀਨ ਦੁਨੀਆ ਦੇ ਮਾਲਕ, ਸਾਰੀ ਕਾਇਨਾਤ ਦੇ ਰਹਿਬਰ, ਧੰਨ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਸਵਾਰੀ, ਗੁਰੂ ਸਰੂਪ, ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ ਜੋ ਇਸ ਵਕਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਸੰਗਤੀ ਰੂਪ ਦੇ ਵਿੱਚ ਜੁੜ ਕੇ ਬੈਠੇ ਹਾਂ। ਸਾਡੇ ਤੋਂ ਪਹਿਲਾਂ ਕੌਮ ਦੀਆਂ ਮਾਇਨਾਤ ਹਸਤੀਆਂ ਆਪ ਸੰਗਤ ਦੇ ਰੂਬਰੂ ਹੋ ਕੇ ਗਈਆਂ ਨੇ, ਜਿਨ੍ਹਾਂ ਨੇ ਸਿੱਖ ਇਤਿਹਾਸ, ਗੁਰ ਇਤਿਹਾਸ, ਗੁਰਮਤਿ ਵਿਚਾਰਾਂ, ਗੁਰਬਾਣੀ ਸ਼ਬਦ ਵਿਚਾਰ ਆਪ ਸੰਗਤ ਦੇ ਨਾਲ ਸਾਂਝੇ ਕੀਤੇ ਹਨ। ਕੁਝ ਕੁ ਸਮਾਂ ਸਾਨੂੰ ਨਸੀਬ ਹੋਇਆ ਆਪ ਸੰਗਤ ਦੀ ਸੇਵਾ ਕਰਨ ਦਾ। ਸਤਿਕਾਰਯੋਗ ਸੰਗਤ ਜੀ, ਭਾਵੇਂ ਗਰਮੀ ਬਹੁਤ ਜ਼ਿਆਦਾ ਹੈ, ਸਵੇਰ ਤੋਂ ਲੈ ਕੇ ਤੁਸੀਂ ਹੁਣ ਤੱਕ ਪੰਡਾਲ ਦੇ ਵਿੱਚ ਸੱਜ ਕੇ ਬੈਠੇ ਹੋ, ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ। ਜਿੱਥੇ ਸੰਗਤ ਚੌਂਕੜੇ ਮਾਰ ਕੇ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਜੁੜ ਕੇ ਬੈਠੀ ਹੈ, ਉੱਥੇ ਨਾਲ ਸਟੇਜ ਦੇ ਉੱਤੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਬਾਬਾ ਗਿਆਨ ਸਿੰਘ ਸਾਹਿਬ ਜੀ ਮਨਿਆਲੇ ਵਾਲੇ, ਉਹਨਾਂ ਦੇ ਨਾਲ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਮਹਾਂਪੁਰਖ ਸੰਤ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ ਅਤੇ ਬਹੁਤ ਹੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਚੰਦ ਮੱਖੂ ਤੋਂ ਪਹੁੰਚੇ ਨੇ। ਉਹਨਾਂ ਸਾਰੇ ਸਤਿਕਾਰਯੋਗ ਮਹਾਂਪੁਰਖਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਆਓ ਇੱਕ ਵਾਰੀ ਪਿਆਰ ਦੇ ਵਿੱਚ ਭਿੱਜ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਉਂਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਦੇ ਵਿੱਚ ਫਤਿਹ ਬੁਲਾਈਏ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਜੀ ਟੰਡ ਆਪ ਜੀ ਦੇ ਨਾਲ ਕੰਵਰ ਕਸ਼ਮੀਰਾ ਸਿੰਘ ਦਾ ਇਤਿਹਾਸ ਸਾਂਝਾ ਕਰ ਰਹੇ ਸਨ, ਜਿਹੜੇ ਸਿੱਖ ਕੌਮ ਦੇ ਮਹਾਨ ਰਾਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੰਨੀ ਵੱਡੀ ਸੇਵਾ ਕੌਮ ਦੀ ਕੀਤੀ, ਜਿਹਨੇ ਆਪਣੇ ਕੋਲ ਲੁਕਾ ਕੇ ਕੁਝ ਨਹੀਂ ਰੱਖਿਆ, ਜਿਹੜੀ ਵੀ ਚੀਜ਼ ਉਹਦੇ ਮਨ ਨੂੰ ਚੰਗੀ ਲੱਗੀ ਉਹਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੜ੍ਹਾ ਦਿੱਤੀ, ਅਰਪਣ ਕਰ ਦਿੱਤੀ। ਉਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਮਗਰੋਂ ਕੀ ਹਾਲ ਹੋਇਆ, ਹਰ ਬੰਦਾ ਉਹਨਾਂ ਦੇ ਪਰਿਵਾਰ ਦਾ ਕਾਤਲ ਬਣ ਗਿਆ, ਥਾਂ ਥਾਂ ਦੇ ਉੱਤੇ ਲੋਕ ਗਦਾਰ ਹੋ ਗਏ,
ਲਾਹੌਰ ਦੀਆਂ ਗਲੀਆਂ ਦੇ ਅੰਦਰ ਸ਼ੇਰੇ ਪੰਜਾਬ ਦੇ ਪੁੱਤਾਂ ਦਾ ਲਹੂ ਡੁੱਲਾ, ਚੱਪੇ ਚੱਪੇ ਦੇ ਉੱਤੇ ਜਵਾਨੀਆਂ ਦਾ ਕਾਣ ਹੋਇਆ। ਜਿੱਥੇ ਗਦਾਰਾਂ ਨੇ ਗਦਾਰੀ ਕੀਤੀ ਉੱਥੇ ਆਪਣਿਆਂ ਨੇ ਵੀ ਘੱਟ ਨਹੀਂ ਕੀਤੀ, ਉੱਥੇ ਆਪਣੇ ਵੀ ਗਦਾਰ ਹੋਏ। ਕਿਸੇ ਨੂੰ ਬੁਗਤੀ ਦਾ ਲਾਲਚ, ਕਿਸੇ ਨੂੰ ਕੈਂਠੇ ਦਾ ਲਾਲਚ, ਕਿਸੇ ਨੂੰ 2 ਰੁਪਈਏ ਤਨਖਾਹ ਦਾ ਲਾਲਚ। ਕਈ ਸਿਆਣੇ ਬੰਦਿਆਂ ਨੇ ਇੱਕ ਬੜੀ ਸੋਹਣੀ ਗੱਲ ਗੱਡੀਆਂ ਦੇ ਮਗਰ ਲਿਖੀ ਹੁੰਦੀ ਹੈ, ਲਿਖਿਆ ਹੁੰਦਾ ਇਹ ਆਪਣਿਆਂ ਤੋਂ ਬਚੋ, ਗੱਲ ਛੋਟੀ ਹੈ ਪਰ ਇਹਦੀ ਤਹਿ ਤੱਕ ਜਾਈਏ ਤੇ ਮਤਲਬ ਬੜਾ ਵੱਡਾ ਹੈ। ਆਪਣਿਆਂ ਨੇ ਜਿਹੜੀ ਗਦਾਰੀ ਕੀਤੀ ਹੈ, ਸਿੱਖ ਰਾਜ ਦੀਆਂ ਜੜ੍ਹਾਂ ਨੂੰ ਖੋਖਲਿਆਂ ਕਰਕੇ ਰੱਖ ਦਿੱਤਾ। ਇੰਨੀਆਂ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਜਿਹੜਾ ਰਾਜ ਆਇਆ, ਜਿਹੜਾ ਇਨਕਲਾਬ ਆਇਆ, ਥੋੜੇ ਸਮੇਂ ਬਾਅਦ ਜਿਹੜਾ ਸੱਚ ਦਾ ਸੂਰ ਚੜਿਆ ਸੀ ਉਹ ਡੁੱਬ ਗਿਆ, ਚਾਰ ਸਫੇਰੇ ਹਨੇਰਾ ਛਾ ਗਿਆ। ਗਿਆਨੀ ਜਰਨੈਲ ਸਿੰਘ ਸਰਭਾਵਾਂ ਵਾਲੇ ਲਿਖਦੇ ਨੇ, ਉਹ ਕਹਿੰਦੇ ਨੇ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਨਹੀਂ ਸੜੀ, ਮਾਨੋ ਸਿੱਖਾਂ ਦੀ ਕਿਸਮਤ ਸੜ ਗਈ ਹੋਵੇ, ਉਹ ਸਿੱਖਾਂ ਦੀ ਕਿਸਮਤ ਨੂੰ ਆਪਣੇ ਨਾਲ ਲੈ ਕੇ ਡੁੱਬ ਗਿਆ। ਸੰਗਤ ਜੀ, ਮੇਰਾ ਦਿਲ ਕਰਦਾ ਸੀ ਕਿ ਉਸੇ ਮਜ਼ਮੂਨ ਨੂੰ ਮੈਂ ਅੱਗੇ ਲੈ ਕੇ ਜਾਂਦਾ, ਪਰ ਮਹਾਂਪੁਰਖਾਂ ਨੇ ਕੁਝ ਹੋਰ ਮੇਰੇ ਵਾਸਤੇ ਹੁਕਮ ਹੈ ਜਿਹੜਾ ਵੱਖਰਾ ਕਰਕੇ ਲਾਇਆ ਹੈ। ਮੈਂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੇ ਬਾਬਤ ਸੰਗਤ ਦੇ ਨਾਲ ਕੁਝ ਵਿਚਾਰ ਸਾਂਝੇ ਕਰਨੇ ਹਨ। ਸੰਸਾਰ ਦੇ ਅੰਦਰ ਉਸ ਤੋਂ ਪਹਿਲਾਂ ਵੀ ਬੇਅੰਤ ਸ਼ਹੀਦ ਹੋਏ ਸਨ, ਪਰ ਕਿਸੇ ਦੇ ਨਾਮ ਦੇ ਨਾਲ ਸਰਤਾਜ ਨਹੀਂ ਜੁੜਿਆ। ਸਿੱਖ ਕੌਮ ਦੇ ਇਤਿਹਾਸ ਨੂੰ ਪੜ੍ਹੀਏ, ਮੈਂ ਸਿੱਖ ਫੁਲਵਾੜੀ ਦਾ ਇੱਕ ਲੇਖ ਪੜ੍ਹਿਆ, ਉਹਦੇ ਅੰਦਰ ਇੱਕ ਨਾਮ ਲਿਖਿਆ ਗਿਆ ਕਿ ਲਾਹੌਰ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਤਾਰੂ ਨਾਮ ਦੇ ਵਿਅਕਤੀ ਦੀ ਸ਼ਹੀਦੀ ਹੋਈ ਹੈ, ਤੇ ਉਸ ਤੋਂ ਵੀ ਪਹਿਲਾਂ ਇੱਕ ਕਾਜ਼ੀ ਸ਼ਹੀਦ ਹੋਇਆ ਏ, ਜਿਨ੍ਹਾਂ ਦਾ ਨਾਮ ਤੇ ਸ਼ਹੀਦਾਂ ਦੇ ਅੰਦਰ ਆਇਆ, ਪਰ ਉਹਨਾਂ ਦਾ ਨਾਮ ਦੇ ਨਾਲ ਸਰਤਾਜ, ਸ਼ਹੀਦਾਂ ਦੇ ਸਰਤਾਜ ਨਹੀਂ ਜੁੜਿਆ। ਸਲੀਬ ਦੇ ਉੱਤੇ ਜਸੂ ਨੂੰ ਬੜਾ ਸਮਾਂ ਪਹਿਲਾਂ ਚੜ੍ਹਾਇਆ ਗਿਆ ਸੀ, ਬੜਾ ਲੰਮਾ ਸਮਾਂ ਪਹਿਲਾਂ ਹਸਨ ਤੇ ਹੁਸੈਨ ਦੀ ਸ਼ਹੀਦੀ ਹੋਈ ਹੈ। ਉਹਨਾਂ ਨੂੰ ਸ਼ਹੀਦ ਮੰਨਦੀਆਂ ਨੇ ਕੌਮਾਂ, ਪਰ ਉਹਨਾਂ ਦੇ ਨਾਮ ਦੇ ਨਾਲ ਸਰਤਾਜ ਨਹੀਂ ਜੇ ਜੁੜਿਆ। ਜੇ ਸਰਤਾਜ, ਸ਼ਹੀਦਾਂ ਦੇ ਸਰਤਾਜ ਨਾਮ ਕਿਸੇ ਦੇ ਨਾਲ ਜੁੜਿਆ ਹੈ, ਤੇ ਉਹ ਧੰਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਦੇ ਨਾਮ ਦੇ ਨਾਲ ਜੁੜਿਆ ਹੈ। ਖਾਲਸਾ ਜੀ, ਕਿਉਂਕਿ ਉਹਨਾਂ ਦੀ ਸ਼ਹੀਦੀ ਸੰਸਾਰ ਦੀਆਂ ਸ਼ਹੀਦੀਆਂ ਦੇ ਨਾਲੋਂ ਨਵੇਕਲੀ ਹੈ। ਉਹਨਾਂ ਦੇ ਸਾਹਮਣੇ ਇੱਕ ਜ਼ਿੰਦਗੀ ਦਾ ਰਸਤਾ ਸੀ, ਉਹਨਾਂ ਨੇ ਜ਼ਿੰਦਗੀ ਨੂੰ ਠੋਕਰ ਮਾਰ ਕੇ ਸੱਚ ਦੇ ਉੱਤੇ ਚੱਲਣ ਦਾ ਪ੍ਰਣ ਕੀਤਾ। ਉਹਨਾਂ ਨੇ ਸਾਨੂੰ ਜਾ ਸਿਖਾਈ ਹੈ ਕਿ ਨਿਰੰਕਾਰ ਦਾ ਭਾਣਾ ਅਸਲ ਦੇ ਵਿੱਚ ਮੰਨੀਦਾ ਕਿਵੇਂ ਹੈ। ਦੁਨੀਆਂ ਦੇ ਲੋਕ ਸ਼ਾਦੀਆਂ ਬਥੇਰੀਆਂ ਦਿੰਦੇ ਰਹੇ ਹੋਣਗੇ ਸੱਚ ਦੇ ਉੱਤੇ ਚੱਲਣ ਦੀਆਂ, ਪਰ ਅਸਲ ਦੇ ਵਿੱਚ ਜੇ ਕਿਸੇ ਨੇ ਸੱਚ ਦੇ ਉੱਤੇ ਚੱਲਣ ਦੀ ਯਾਦ ਸਿੱਖਣੀ ਹੋਵੇ ਤੇ ਉਹਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜ੍ਹਨਾ ਪਵੇਗਾ। ਉਹਦੇ ਪਵਿੱਤਰ ਜੀਵਨ ਦੇ ਵਿੱਚ, ਉਹਨਾਂ ਦੇ ਪਵਿੱਤਰ ਜੀਵਨ ਦੇ ਵਿੱਚ ਉਹ ਸੱਚਾਈ ਦੇ ਉੱਤੇ ਚੱਲਣ ਦੀ ਯਾਦ ਸਿੱਖ ਸਿਖਾਉਂਦੀ ਹੈ ਉਹਨਾਂ ਦੀ ਸਮੁੱਚੀ ਜੀਵਨ ਗਾਥਾ। ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਧਰਮ ਹੈ, ਉਹਨਾਂ ਨੇ ਇਸ ਧਰਮ ਨੂੰ ਪ੍ਰਫੁੱਲਤ ਕੀਤਾ ਸੰਸਾਰ ਦੇ ਅੰਦਰ। ਵਕਤ ਗੁਜ਼ਰਦਾ ਗਿਆ, ਇਸ ਧਰਮ ਦੇ ਅੰਦਰ ਪੁੱਤਰਾਂ ਨੂੰ ਥਾਂ ਨਹੀਂ ਮਿਲੀ, ਇੱਥੇ ਸੇਵਾ ਨੂੰ ਥਾਂ ਹੈ। ਇੱਥੇ ਸੇਵਾ ਤੇ ਸਿਮਰਨ ਦੋ ਵੱਡੇ ਥੰਮ ਮੰਨੇ ਗਏ ਨੇ ਸਿੱਖੀ ਦੇ। ਸੇਵਾ ਤੇ ਸਿਮਰਨ ਦੇ ਵਿੱਚੋਂ ਭਾਈ ਲਹਿਣੇ ਦਾ ਜਨਮ ਹੁੰਦਾ ਹੈ। ਸੇਵਾ ਤੇ ਸਿਮਰਨ ਦੇ ਵਿੱਚੋਂ ਲਹਿਣੇ ਤੇ ਅੰਗਦ ਕੀ ਉਹ ਅੰਗਦ ਤੇ ਅੱਲਾ, ਭਾਈ ਲਹਿਣੇ ਤੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ, ਤੇ ਅੰਗਦ ਤੋਂ ਅੱਲਾ ਬਣਾਉਣ ਦੀ ਸ਼ਕਤੀ, ਰੱਬ ਬਣਾਉਣ ਦੀ ਸ਼ਕਤੀ, ਖੁਦਾ ਬਣਾਉਣ ਦੀ ਸ਼ਕਤੀ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਦੇ ਅੰਦਰ ਹੈ। ਸਮਾਂ ਗੁਜ਼ਰਿਆ, ਉਹਨਾਂ ਦੇ ਘਰ ਵੀ ਭਾਵੇਂ ਔਲਾਦ ਪੈਦਾ ਹੋਈ ਹੈ, ਪਰ ਸੇਵਾ ਕਰਕੇ ਜੇ ਕਿਸੇ ਨੇ ਗੱਦੀ ਪ੍ਰਾਪਤ ਕੀਤੀ ਹੈ ਤੇ ਲਗਾਤਾਰ 12 ਵਰੇ ਗਾਗਰ ਚੁੱਕਣੀ ਪਈ ਹੈ। ਉਸ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਉਹਨਾਂ ਨੇ ਸੇਵਾ ਨੂੰ ਪੇਠ ਨਹੀਂ ਵਿਖਾਈ, ਸੇਵਾ ਕਰਕੇ ਗੁਰਤਾ ਗੱਦੀ ਹਾਸਲ ਕੀਤੀ ਹੈ। ਇੱਕ ਵਕਤ ਉਹ ਆਇਆ ਸਾਡੇ ਇਤਿਹਾਸ ਦੇ ਅੰਦਰ, ਇੱਕ ਮਾਤਾ ਜਿਹੜੀ ਹੈ ਉਹਦਾ ਬੜਾ ਉੱਚਾ ਸਥਾਨ ਹੈ ਇਤਿਹਾਸ ਦੇ ਪੰਨਿਆਂ ਦੇ ਅੰਦਰ, ਜਿਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਹੈ, ਬੀਬੀ ਭਾਨੀ ਜੀ ਕਰਕੇ। ਬੀਬੀ ਭਾਨੀ ਜੀ, ਜਿਨ੍ਹਾਂ ਨੂੰ ਮਾਣ ਹਾਸਲ ਹੈ, ਉਹਨਾਂ ਦਾ ਪਿਤਾ ਗੁਰੂ, ਉਹਨਾਂ ਦਾ ਪੁੱਤਰ ਗੁਰੂ,
ਉਹਨਾਂ ਦਾ ਪੋਤਰਾ ਗੁਰੂ, ਉਹਨਾਂ ਦਾ ਪੜਪੋਤਰਾ ਵੀ ਗੁਰੂ ਤੇ ਪੜਪੋਤਰੇ ਦਾ ਪੁੱਤਰ ਵੀ ਗੁਰੂ। ਇਹੋ ਜਿਹੀ ਮਾਂ ਸੰਸਾਰ ਦੇ ਅੰਦਰ ਕਦੇ ਪੈਦਾ ਨਹੀਂ ਹੋਈ ਬੀਬੀ ਭਾਨੀ ਵਰਗੀ। ਇੱਕ ਸਮਾਂ ਆਇਆ ਜਦੋਂ ਗੁਰੂ ਪਿਤਾ ਦਾ ਇਸ਼ਨਾਨ ਕਰਵਾ ਰਹੀ ਸੀ ਤੇ ਇਸ਼ਨਾਨ ਕਰਵਾਉਂਦਿਆਂ ਕਰਵਾਉਂਦਿਆਂ ਚੌਂਕੀ ਦਾ ਪਾਵਾ ਟੁੱਟਾ ਤੇ ਉਹਨੇ ਆਪਣਾ ਪੈਰ ਆਪਣੇ ਬਜ਼ੁਰਗ ਪਿਤਾ ਦੇ, ਪਿਤਾ ਬਜ਼ੁਰਗ ਡਿੱਗ ਨਾ ਪਵੇ ਸਹਾਰਾ ਦੇਣ ਵਾਸਤੇ ਚੌਂਕੀ ਦਾ ਪਾਵਾ ਜਿਹੜਾ ਟੁੱਟ ਗਿਆ ਉਹਦੇ ਥੱਲੇ ਆਪਣਾ ਪੈਰ ਦੇ ਦਿੱਤਾ। ਇਤਿਹਾਸ ਗਵਾਹੀ ਭਰਦਾ ਹੈ। ਜਿਹੜੀਆਂ ਮੇਖਾਂ ਪਾਵੇ ਦੇ ਵਿੱਚ ਗੱਡੀਆਂ ਹੋਈਆਂ ਸਨ ਉਹ ਬੀਬੀ ਦੇ ਪੈਰਾਂ ਦੇ ਵਿੱਚੋਂ ਦੀ ਲੰਘ ਗਈਆਂ ਨੇ। ਪਰ ਸੇਵਾ ਮੁੱਖ ਸੀ। ਗੁਰੂ ਪਾਤਸ਼ਾਹ ਨੇ ਪੁੱਛਿਆ ਵੀ ਕਿ ਬੇਟਾ ਆਹ ਪਾਣੀ ਦਾ ਰੰਗ ਲਾਲ ਕਿਉਂ ਹੋ ਗਿਆ ਏ? ਤੇ ਉਹਨੇ ਪਿਆਰ ਤੇ ਸਤਿਕਾਰ ਦੇ ਘਰ ਦੇ ਵਿੱਚ ਆਖਿਆ ਗੁਰੂ ਪਿਤਾ ਜੀ, ਗੁਰੂ ਪਾਤਸ਼ਾਹ ਜੀ, ਆਪ ਜੀ ਇਸ਼ਨਾਨ ਕਰ ਲਓ, ਬਾਅਦ ਵਿੱਚ ਦੱਸਦੀ। ਇਸ਼ਨਾਨ ਕਰਕੇ ਪਾਤਸ਼ਾਹ ਚੌਂਕੀ ਤੋਂ ਥੱਲੇ ਉਤਰੇ, ਪਤਾ ਲੱਗਾ ਕਿ ਕਿੱਲ ਪੈਰ ਤੋਂ ਪਾਰ ਹੋ ਗਏ ਨੇ, ਲਹੂ ਦੀਆਂ ਧਾਰਾਂ ਪਈਆਂ ਵਗਦੀਆਂ ਹਨ। ਪਹਿਲੇ ਦਿਨ ਪਾਤਸ਼ਾਹ ਨੇ ਆਪਣੀ ਬੱਚੀ ਨੂੰ ਇਹ ਗੱਲ ਆਖੀ ਸੀ ਕਿ ਬੇਟਾ ਮੰਗ ਕੀ ਮੰਗਣਾ ਹੈ। ਦੁਨੀਆਂ ਦੇ ਪੈਗੰਬਰ ਆਪਣੇ ਚੇਲਿਆਂ ਨੂੰ ਇਹ ਗੱਲ ਕਹਿੰਦੇ ਰਹੇ ਨੇ ਕਿ ਮੰਗ ਕੀ ਮੰਗਣਾ ਹੈ, ਤੇ ਹੋ ਸਕਦਾ ਹੈ ਕਿਸੇ ਦੀ ਮੰਗ ਕੋਈ ਪੂਰੀ ਨਾ ਕਰ ਸਕਿਆ ਹੋਵੇ, ਪਰ ਗੁਰੂ ਨਾਨਕ ਦੇ ਦਰਬਾਰ ਦੇ ਅੰਦਰ ਹਰ ਮੰਗ ਪੂਰੀ ਹੁੰਦੀ ਹੈ। ਮੰਗਣ ਦੀ ਜਾਚ ਆਉਣੀ ਚਾਹੀਦੀ ਹੈ। ਇਸ ਦਰ ਦੇ ਉੱਤੇ ਜਿਹੜਾ ਤੇ ਮੰਗਤਾ ਬਣ ਕੇ ਆਇਆ ਹੈ ਉਹਦੀ ਝੋਲੀ ਦੇ ਵਿੱਚ ਖੈਰ ਪਈ ਜੇ, ਤੇ ਜਿਹੜਾ ਸਿਰ ਚੁੱਕ ਕੇ ਆਇਆ ਉਹਦੀ ਝੋਲੀ ਖਾਲੀ ਰਹੀ ਹੈ, ਜਿਸ ਤਰ੍ਹਾਂ ਦਾ ਆਇਆ ਉਸ ਤਰ੍ਹਾਂ ਦਾ ਚਲਿਆ ਗਿਆ। ਸਤਿਗੁਰੂ ਸੱਜੇ ਪਾਤਸ਼ਾਹ ਦੇ ਦਰ ਦੇ ਉੱਤੇ ਬੀਬੀ ਭਾਨੀ ਖਲੋਤੀ ਹੈ ਤੇ ਗੁਰੂ ਪਾਤਸ਼ਾਹ ਨੇ ਆਖਿਆ ਬੇਟਾ ਮੰਗ ਕੀ ਮੰਗਦੀ ਹੈ, ਤੇਰੀ ਸੇਵਾ ਪ੍ਰਵਾਨ ਹੋ ਗਈ ਹੈ, ਗੱਲ ਸੇਵਾ ਦੇ ਵਿੱਚੋਂ ਨਿਕਲੀ ਹੈ। ਮਹਾਰਾਜ ਸੱਜੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਸਨਮੁੱਖ ਖਲੋ ਕੇ ਜਿਹੜੀ ਫਰਿਆਦ ਕੀਤੀ ਕਿ ਸੋਢੀਆਂ ਦੀ ਬੰਸ ਦੇ ਵਿੱਚ ਗੱਦੀ ਰਹਿ ਜਾਵੇ, ਮਹਾਰਾਜ ਨੇ ਆਖਿਆ ਦੁੱਖ ਬੜੇ ਝਲਣੇ ਪੈਣਗੇ, ਸਮਾਂ ਆਵੇਗਾ ਤੱਤੀਆਂ ਤਵੀਆਂ ਦੇ ਉੱਤੇ ਚੌਂਕੜਾ ਲਾਉਣਾ ਪਵੇਗਾ। ਜਿਹੜਾ ਸਾਕਸ਼ਾਤ ਖੁਦਾ ਹੋਵੇ ਉਹ ਅਗਲੇ ਸਮੇਂ ਨੂੰ ਜਾਣਦਾ ਹੈ, ਜਿਹੜਾ ਆਪ ਪਰਮੇਸ਼ੁਰ ਹੋਵੇ ਉਹ ਦਿਲ ਦੀਆਂ ਵੀ ਬੁੱਝਦਾ ਏ, ਤੇ ਅਸਲ ਦੇ ਵਿੱਚ ਗੁਰੂ ਹੀ ਉਹ ਹੈ ਜਿਹੜਾ ਅੰਦਰ ਦੀ ਬੁੱਝਦਾ ਹੋਵੇ, ਤੇ ਜਿਹੜਾ ਅੰਦਰ ਦੀ ਨਹੀਂ ਜਾਣਦਾ ਉਹ ਪਖੰਡੀ ਹੈ, ਗੁਰੂ ਨਹੀਂ ਹੋ ਸਕਦਾ। ਸਤਿਗੁਰੂ ਸੱਜੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਮੈਨੂੰ ਮਨਜ਼ੂਰ ਆ, ਤੇ ਵਕਤ ਉਹ ਆਇਆ ਜਦੋਂ ਪਵਿੱਤਰ ਬੋਲ ਹੋਏ ਦੋਤਾ ਬਾਣੀ ਕਾ ਬੋਤਾ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋਏ ਨੇ ਮੇਰੇ ਪਾਤਸ਼ਾਹ, ਤੇ ਸਿੱਖੀ ਮੂਲ ਰੂਪ ਦੇ ਵਿੱਚ ਪ੍ਰਫੁੱਲਤ ਹੋਣ ਲੱਗੀ, ਵਿਰੋਧੀਆਂ ਦੀ ਨਿਗਾਹ ਦੇ ਵਿੱਚ ਸਿੱਖੀ ਰੜਕਣ ਲੱਗੀ ਹੈ, ਕਿਉਂਕਿ ਸਮਾਂ ਇਹੋ ਜਿਹਾ ਆ ਗਿਆ ਸੀ ਲੋਕੀ ਆਪਣੇ ਘਰਾਂ ਦੇ ਵਿੱਚ ਬਣੀਆਂ ਹੋਈਆਂ ਕਬਰਾਂ ਨੂੰ ਢਾ ਕੇ ਪਾਤਸ਼ਾਹ ਦੇ ਦਰ ਦੇ ਉੱਤੇ ਆ ਗਏ ਸਨ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਆ ਕੇ ਫਰਿਆਦ ਕਰਦੇ ਸਨ, ਹਜ਼ੂਰ ਸਿੱਖੀ ਚਾਹੀਦੀ ਹੈ, ਤੇ ਮਹਾਰਾਜ ਨੇ ਪਵਿੱਤਰ ਬੋਲ ਆਖੇ ਸਨ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ। ਮਹਾਰਾਜ ਇਹ ਕਿਹੋ ਜਿਹੀ ਗੱਲ ਹੋ ਗਈ? ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਕੋਲੋਂ ਸਿੱਖੀ ਦੀ ਦਾਤ ਮੰਗ ਰਿਹਾ ਹਾਂ। ਹਜ਼ੂਰ ਨੇ ਆਖਿਆ ਜਿਹੜੀ ਘਰ ਦੇ ਵਿੱਚ ਕਬਰ ਬਣੀ ਹੈ ਪਹਿਲਾਂ ਢਾ ਕੇ ਆ, ਦੀਵੇ ਜਿਹੜੇ ਜਗਾਉਣਾ ਹੈ ਬਾਹਰ ਸੁੱਟ ਕੇ ਆ, ਸਿੱਖੀ ਮਿਲੇਗੀ, ਸੇਵਾ ਦੇ ਵਿੱਚੋਂ ਮਿਲੇਗੀ। ਕਬਰ ਢਾ ਕੇ ਘਰੋਂ ਬਾਹਰ ਸੁੱਟ ਦਿੱਤੀ, ਗੁਰੂ ਦੇ ਦਰ ਦੇ ਉੱਤੇ ਆ ਕੇ ਬਾਲਣ ਦੀ ਸੇਵਾ ਕਰਦਾ ਹੈ, ਸਿਰ ਦੇ ਉੱਤੇ ਬਾਲਣ ਦੀ ਪੜ ਚੁੱਕੀ, ਖੂਹ ਦੇ ਵਿੱਚ ਡਿੱਗ ਪਿਆ। ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਾਕਸ਼ਾਤ ਪਰਮੇਸ਼ਰ ਖੂਹ ਦੇ ਕਿਨਾਰੇ ਦੇ ਉੱਤੇ ਆਏ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਬਾਲਣ ਦੀ ਪੰਡ ਸੁੱਟ ਤੇ ਬਾਹਰ ਨਿਕਲ ਆ। ਆਖਿਆ ਮਹਾਰਾਜ ਨਹੀਂ, ਬਾਲਣ ਅਜੇ ਸੁੱਕਾ ਹੈ, ਮੈਂ ਹੀ ਭੇਜਾਂ। ਪਾਤਸ਼ਾਹ ਬਾਲਣ ਪਹਿਲਾਂ ਬਾਹਰ ਕੱਢ ਲਓ। ਬਾਲਣ ਪਹਿਲਾਂ ਬਾਹਰ ਕੱਢਿਆ ਗਿਆ, ਭਾਈ ਮੰਝ ਨੂੰ ਬਾਅਦ ਦੇ ਵਿੱਚ ਬਾਹਰ ਕੱਢਿਆ ਗਿਆ। ਇਹ ਹਜ਼ੂਰ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਆਖਿਆ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣਾਰਾ। ਸੇਵਾ ਦੇ ਵਿੱਚੋਂ ਆ ਦਾਤ ਮਿਲਦੀ ਹੈ। ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੇ ਸਿੱਖੀ ਧਰਮ ਨੂੰ ਪ੍ਰਫੁੱਲਤ ਕਰਨਾ ਸ਼ੁਰੂ ਕਰ ਦਿੱਤਾ। ਉਧਰ ਅਕਬਰ ਦਾ ਪੁੱਤਰ ਸ਼ਹਿਜਾਦਾ ਸਲੀਮ ਅੱਤ ਕਿਸਮ ਦਾ ਵਿਗੜਿਆ ਹੋਇਆ ਬੱਚਾ, ਸ਼ਰਾਬੀ ਕਵਾਬੀ, ਜਿਹੜਾ ਦੁਨੀਆਂ ਦੇ ਲੋਕਾਂ ਦੀ ਸਾਰ ਨੂੰ ਬੁੱਝਣ ਵਾਲਾ ਨਹੀਂ, ਸਾਰਿਆਂ ਨੂੰ ਦੁਖੀ ਕਰਨ ਵਾਲਾ ਹੈ। ਅਕਬਰ ਆਪਣੇ ਪੋਤਰੇ ਖੁਸਰੋ ਨੂੰ ਗੱਦੀ ਦੇਣਾ ਚਾਹੁੰਦਾ ਸੀ, ਪਰ ਜਦੋਂ ਅੰਤ ਸਮਾਂ ਅਕਬਰ ਬਾਦਸ਼ਾਹ ਦਾ ਨੇੜੇ ਆਇਆ,
ਸ਼ਹਿਜ਼ਾਦਾ ਸਲੀਮ ਨੇ ਇੱਕ ਚਾਲ ਖੇਡੀ, ਮੇਰੇ ਪੁੱਪੇ ਅੱਖਾਂ ਦੇ ਵਿੱਚੋਂ ਹੰਝੂ ਕੇਰ ਕੇ ਕਹਿੰਦਾ, ਅੱਬਾ ਜਾਨ ਮੇਰਾ ਦਿਲ ਕਰਦਾ ਸੀ ਮੈਂ ਤੁਹਾਡੀ ਸੇਵਾ ਕਰਾਂ, ਪਰ ਤੁਹਾਡੇ ਕੋਲ ਜ਼ਿੰਦਗੀ ਦੇ ਦਿਨ ਬਹੁਤੇ ਨਹੀਂ ਰਹੇ, ਸਾਹ ਥੋੜੇ ਰਹਿ ਗਏ ਨੇ, ਮੇਰੇ ਦਿਲ ਦੀਆਂ ਖੁਆਇਸ਼ਾਂ ਮੇਰੇ ਦਿਲ ਦੇ ਅੰਦਰ ਰਹਿ ਗਈਆਂ ਹਨ। ਇਹਨੇ ਆ ਕੇ ਤਰਲੇ ਕੱਢੇ, ਬਿਮਾਰ ਪਏ ਪਿਤਾ ਨੇ ਆਖਿਆ, ਮੇਰੇ ਪੁੱਤਰ ਦੇ ਸਿਰ ਦੇ ਉੱਤੇ ਤਾਜ ਰੱਖ ਦਿਓ। ਸ਼ਹਿਜ਼ਾਦੇ ਸਲੀਮ ਦੇ ਸਿਰ ਦੇ ਉੱਤੇ ਤਾਜ ਰੱਖਿਆ ਗਿਆ। ਉਹਨੇ ਇਸ਼ਾਰਾ ਕੀਤਾ ਦਲਵਾਰ ਦਰਬਾਰ ਦੇ ਨਾਲ ਲਟਕਦੀ ਹੋਈ, ਸ਼ਾਹੀ ਤਲਵਾਰ ਮੇਰੇ ਪੁੱਤਰ ਦੇ ਗਾਤਰੇ ਪਾ ਦਿਓ। ਸ਼ਾਹੀ ਤਲਵਾਰ ਉਹਦੇ ਗਾਤਰੇ ਪਾ ਦਿੱਤੀ ਗਈ। ਬਾਦਸ਼ਾਹ ਜਹਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ। ਅਜੇ 6 ਕੁ ਮਹੀਨੇ ਹੋਏ ਸਨ ਕਿ ਸ਼ਹਿਜ਼ਾਦਾ ਖੁਸਰੋ ਇਹਦੇ ਪੁੱਤਰ ਨੇ ਬਗਾਵਤ ਕਰ ਦਿੱਤੀ। ਬਗਾਵਤ ਕਰਕੇ ਗਵਾਲੀਅਰ ਤੋਂ ਪੰਜਾਬ ਵੱਲ ਨੂੰ ਨਿਕਲਿਆ। ਉਹਦੇ ਮਨ ਦੇ ਅੰਦਰ ਇਹ ਸੀ ਕਿ ਸੂਫੀਆਂ ਦੀ ਧਰਤੀ ਹੈ, ਫਕੀਰਾਂ ਦੀ ਧਰਤੀ ਹੈ, ਸਾਧੂਆਂ ਸੰਤਾਂ ਦੀ ਧਰਤੀ ਹੈ, ਮੈਂ ਲਾਹੌਰ ਨੂੰ ਫਤਿਹ ਕਰਾਂਗਾ, ਪੰਜਾਬ ਦੇ ਉੱਤੇ ਕਬਜ਼ਾ ਕਰ ਲਵਾਂਗਾ, ਹੋ ਸਕਦਾ ਹੈ ਮੇਰਾ ਰਾਜ ਭਾਗ ਆ ਜਾਵੇ। ਪਰ ਜਹਾਂਗੀਰ ਦੇ ਕਈਆਂ ਬੰਦਿਆਂ ਨੇ ਕੰਨ ਭਰੇ, ਉਹਨਾਂ ਆਖਿਆ ਤੇਰਾ ਪੁੱਤਰ ਤੇਰੀ ਗੱਦੀ ਦਾ ਵਾਰਸ ਬਣ ਜਾਵੇਗਾ, ਇਸ ਤੋਂ ਪਹਿਲਾਂ ਕਿ ਤੇਰੀ ਗੱਦੀ ਦੇ ਉੱਤੇ ਤੇਰਾ ਪੁੱਤ ਪੈ ਜਾਵੇ ਉਹਨੂੰ ਕਤਲ ਕਰ ਦੇ। ਕਿਸਮਤ ਮਾੜੀ, ਜੇ ਮਨ ਦੇ ਵਿੱਚ ਕਿਤੇ ਵਿਚਾਰ ਕਰ ਲੈਂਦਾ ਕਿ ਮੇਰੇ ਮਰਨ ਤੋਂ ਬਾਅਦ ਵੀ ਤੇ ਗੱਦੀ ਤੇ ਨਹੀਂ ਬਹਿਣਾ ਹੈ, ਆਪਣੇ ਪੁੱਤ ਨੂੰ ਮਾਰਨ ਵਾਸਤੇ ਸ਼ਾਹੀ ਤਲਵਾਰ ਚੁੱਕੀ ਹੈ। ਉਹਨੇ 20,000 ਫੌਜ ਦੇ ਕੇ ਸ਼ੇਖ ਅਹਿਮਦ ਬੁਖਾਰੀ ਨੂੰ ਤੋਰਿਆ ਦਿੱਲੀ ਦੀ ਧਰਤੀ ਦੇ ਉੱਤੋਂ, ਤੇ ਇੱਧਰ ਸ਼ਹਿਜ਼ਾਦਾ ਖੁਸਰੋ ਜਿਹੜਾ ਹੈ ਉਹ 11,000 ਫੌਜ ਲੈ ਕੇ ਬਾਗੀ ਹੋ ਗਿਆ। ਉਹ ਗੋਇੰਦਵਾਲ ਸਾਹਿਬ ਦਾ ਪਤਨ ਅੱਗੇ ਲੰਘਿਆ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਦਾ ਅੱਗੇ ਲੰਗਰ ਪਿਆ ਚੱਲਦਾ ਸੀ। 11,000 ਫੌਜ ਨੂੰ ਪ੍ਰਸ਼ਾਦਾ ਛਕਾਉਣਾ ਕੋਈ ਸੌਖੀ ਗੱਲ ਨਹੀਂ, ਪਰ ਗੁਰੂ ਨਾਨਕ ਦੇ ਦਰ ਦੇ ਉੱਤੇ ਭਾਵੇਂ ਹਜ਼ਾਰਾਂ ਸ਼ਰਨਾਰਥੀ ਆ ਜਾਣ, ਇੱਥੋਂ ਕੋਈ ਭੁੱਖਾ ਨਹੀਂ ਜੇ ਜਾਂਦਾ। ਇਹ ਬਾਬੇ ਨਾਨਕ ਦਾ ਚਲਾਇਆ ਲੰਗਰ ਹੈ, ਇਹ ਕਾਰ ਸੇਵਾ ਦਾ ਚੱਲਿਆ ਹੋਇਆ ਕੁੰਭ ਹੈ, ਇੱਥੋਂ ਪ੍ਰਸ਼ਾਦਾ ਕਦੇ ਮੁੱਕਦਾ ਨਹੀਂ। ਲੱਖਾਂ ਦੀ ਤਾਦਾਦ ਦੇ ਅੰਦਰ ਭਾਵੇਂ ਸੰਗਤ ਪਹੁੰਚ ਜਾਵੇ, ਸਤਿਗੁਰੂ ਸੱਚੇ ਪਾਤਸ਼ਾਹ ਦੇ ਉਸ ਪਵਿੱਤਰ ਦਰ ਦੇ ਉੱਤੋਂ 11,000 ਫੌਜ ਨੇ ਪ੍ਰਸ਼ਾਦਾ ਛਕਿਆ ਹੈ। ਸ਼ਹਿਜ਼ਾਦਾ ਖੁਸਰੋ ਨੇ ਵੀ ਪ੍ਰਸ਼ਾਦਾ ਛਕਿਆ ਹੈ। ਮਹਾਰਾਜ ਦੇ ਕੋਲੋਂ ਇਜਾਜ਼ਤ ਲੈ ਕੇ ਅੱਗੇ ਆਇਆ, ਜਿੱਥੇ ਫਤਿਹਾਬਾਦ ਨਗਰ ਹੈ ਨਾ, ਉਸ ਥਾਂ ਦੇ ਉੱਤੇ ਆ ਕੇ ਇਹਨੂੰ ਸ਼ਾਹੀ ਸੈਨਾ ਨੇ ਘੇਰ ਲਿਆ। ਯੁੱਧ ਹੋਇਆ, ਕਹਿਰ ਦਾ, ਮਾਵਾਂ ਦੇ ਪੁੱਤ ਮਾਰੇ ਗਏ, ਚੱਪੇ ਚੱਪੇ ਦੇ ਉੱਤੇ ਜਵਾਨੀਆਂ ਰੁਲੀਆਂ, ਇਹਦੀ ਫੌਜ ਦਾ ਵੱਡਾ ਨੁਕਸਾਨ ਹੋ ਗਿਆ। ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ 7,000 ਸਿਪਾਹੀਆਂ ਨੂੰ ਬਚਾ ਕੇ ਤੇ ਇੱਥੋਂ ਦੌੜ ਗਿਆ, ਦਰਿਆ ਰਾਵੀ ਪਾਰ ਕਰਨ ਲੱਗਾ। ਕਿਸੇ ਨੇ ਸ਼ਿਕਾਇਤ ਕਰ ਦਿੱਤੀ ਮਲਾਹ ਨੇ ਕਿ ਇਹ ਪੁੱਤਰ ਜਹਾਂਗੀਰ ਬਾਦਸ਼ਾਹ ਦਾ ਰਾਵੀ ਦਰਿਆ ਪਾਰ ਕਰਨ ਲੱਗਾ, ਇਹ ਘੇਰਾ ਪੈ ਗਿਆ ਤੇ ਪਕੜਿਆ ਗਿਆ। ਮਗਰ ਜਹਾਂਗੀਰ ਬਾਦਸ਼ਾਹ ਵੀ ਮਾਰੋ ਮਾਰ ਕਰਦਾ ਆ ਰਿਹਾ ਸੀ। ਫਤਿਹਾਬਾਦ ਦੇ ਚੜ੍ਹਦੇ ਵਾਲੇ ਪਾਸੇ ਇੱਕ ਨਗਰ ਹੈ ਜਿਹਨੂੰ ਕਹਿੰਦੇ ਨੇ ਖਵਾਸਪੁਰ, ਉੱਥੋਂ ਦਾ ਇੱਕ ਬੰਦਾ ਸੀ ਰਹਿਣ ਵਾਲਾ ਜਿਹਦਾ ਨਾਮ ਸੀ ਖਵਾਸ ਖਾਂ। ਉਹਦੇ ਕੋਲ ਇੱਕ ਰਾਤ ਜਹਾਂਗੀਰ ਬਾਦਸ਼ਾਹ ਰਿਹਾ ਹੈ, ਰੋਟੀ ਉਹਦੇ ਘਰ ਖਾ ਕੇ ਤੇ ਅਗਲੇ ਦਿਨ ਲਾਹੌਰ ਦੀ ਧਰਤੀ ਦੇ ਉੱਤੇ ਗਿਆ। ਆਪਣੇ ਪੁੱਤਰ ਵਾਸਤੇ ਇਹਨੇ ਫਤਵਾ ਜਾਰੀ ਕੀਤਾ ਕਿ ਮੇਰੇ ਪੁੱਤਰ ਦੀਆਂ ਅੱਖਾਂ ਦੇ ਵਿੱਚ ਮੇਖਾਂ ਠੋਕ ਕੇ ਇਹਨੂੰ ਅੰਨਿਆ ਕਰ ਦਿਓ। ਪੁੱਤਰ ਦੀਆਂ ਅੱਖਾਂ ਦੇ ਵਿੱਚ ਮੇਖਾਂ ਠੋਕ ਕੇ ਉਹਨੂੰ ਅੰਨਿਆ ਕਰ ਦਿੱਤਾ ਗਿਆ। ਉਹਦੀਆਂ ਅੱਖਾਂ ਸੀ ਦਿੱਤੀਆਂ ਗਈਆਂ ਸੇਬਿਆਂ ਦੇ ਨਾਲ। ਉਹਦੇ ਨਾਲ ਜਿਹੜੇ ਫੌਜੀ ਬਾਗੀ ਹੋਏ ਸਨ ਉਹਨਾਂ ਨੂੰ ਕੱਚੀਆਂ ਖੱਲਾਂ ਦੇ ਵਿੱਚ ਮੜ ਮੜ ਕੇ ਮਾਰ ਦਿੱਤਾ ਗਿਆ, ਜਿਉਂਦਿਆਂ ਨੂੰ ਕੀੜੇ ਪੈ ਕੇ ਮਰ ਗਏ। ਸਾਧ ਸੰਗਤ ਜੀ, ਲਾਹੌਰ ਦੀ ਧਰਤੀ ਦੇ ਉੱਤੇ ਜਹਾਂਗੀਰ ਬਾਦਸ਼ਾਹ ਬੈਠਾ ਹੈ ਤੇ ਇੱਧਰੋਂ ਕੁਝ ਬੰਦੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜਿਹੜੇ ਲੱਗਦੇ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਿਕਾਇਤ ਲੈ ਕੇ ਤੇ ਲਾਹੌਰ ਦੀ ਧਰਤੀ ਦੇ ਉੱਤੇ ਗਏ ਹਨ, ਜਿਨ੍ਹਾਂ ਦੇ ਵਿੱਚੋਂ ਸ਼ੇਖ ਫਤਿਹ ਪਹਿਲੀ ਕਤਾਰ ਦੇ ਅੰਦਰ ਹੈ। ਕੁਝ ਉਹ ਲੋਕ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਕਾਨਾ ਪੀਲੂ ਛੱਜੂ ਤੇ ਸ਼ਾਹ ਸ਼ੈਨ, ਤੁਹਾਡੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਨਹੀਂ ਲਿਖੀ ਜਾ ਸਕਦੀ। ਉਹ ਬੰਦੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਝੂਠੀਆਂ ਸ਼ਿਕਾਇਤਾਂ ਲਾਉਂਦੇ ਨੇ, ਵਾਰੰਟ ਜਾਰੀ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੁਲਾਵਾ ਆਇਆ ਕਿ ਲਾਹੌਰ ਦੀ ਧਰਤੀ ਦੇ ਉੱਤੇ ਆ ਕੇ ਪੇਸ਼ ਹੋ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ 5 ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਦੀ ਧਰਤੀ ਦੇ ਉੱਤੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਸਾਹਮਣੇ ਜਾ ਖਲੋਤੇ ਹਨ। ਹਿੰਦੁਸਤਾਨ ਦਾ ਬਾਦਸ਼ਾਹ
महाराज सच्चे पातशाह दे उते की सवाल करता है ते महाराज सच्चे पातशाह अगे की जवाब देंदे हन कौता दे राही इहो मैंने कीता जा रहा है जी। जहांगीर ने गुरानू लाहौर बुलाया, जहांगीर ने गुरानू गुरानू लाहौर बुलाया, मैं सुनिया है तुसाने तुसाने एक ग्रंथ बनाया, हो जीते विच इस्लाम नू माड़ा ठहराया। जी दे विच इस्लाम नू माड़ा ठहराया, हिंदू मुल्ला काजिया काजिया मैनू फरमाया। हो हिंदू मुल्ला काजिया काजिया मैनू फरमाया, हो बागी खुसरो देवनू तुसी टिक्का लाया तुसी टिक्का लाया। हो कदे अपने आप नू महारथी अखवाउण वाले काना पीलू शजू ते शाह हुसैन हजूर दे सामने आए सन।
ਉਹਨਾਂ ਆਖਿਆ ਮਹਾਰਾਜ ਸਾਡੀ ਲਿਖੀ ਹੋਈ ਬਾਣੀ ਨੂੰ ਦਰਜ ਕਰ ਲਓ ਜਿਹੜਾ ਤੁਸੀਂ ਗ੍ਰੰਥ ਬਣਾ ਰਹੇ ਹੋ, ਕਿਉਂਕਿ ਆਦਿ ਗ੍ਰੰਥ ਹੈ, ਰਹਿੰਦੀ ਦੁਨੀਆਂ ਤੱਕ ਰਹੇਗਾ, ਕਿਤੇ ਇਹਦੇ ਮਾਧਿਅਮ ਦੇ ਨਾਲ ਸਾਡਾ ਵੀ ਨਾਮ ਉਜਾਗਰ ਹੋ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉਹਨਾਂ ਨੇ ਲਿਖਿਆ ਸੀ ਉਹਨੂੰ ਪੜ੍ਹ ਕੇ ਵਿਚਾਰ ਕੇ ਵੇਖਿਆ ਤੇ ਆਖਿਆ ਭਾਈ ਜੋ ਤੁਸੀਂ ਲਿਖਿਆ ਇਹ ਗੁਰਮਤ ਦੀ ਕਸਵੱਟੀ ਦੇ ਉੱਤੇ ਪੂਰਾ ਨਹੀਂ ਉਤਰਦਾ, ਖਰਾ ਨਹੀਂ ਆਉਂਦਾ, ਇਸ ਕਰਕੇ ਇਹ ਨਹੀਂ ਲਿਖਿਆ ਜਾ ਸਕਦਾ। ਤਿੰਨ ਜਾਣੇ ਤੇ ਚੁੱਪ ਰਹਿ ਗਏ, ਪਰ ਇਹਨਾਂ ਦੇ ਵਿੱਚੋਂ ਇੱਕ ਬੰਦਾ ਬੋਲਿਆ ਜਿਹਦਾ ਨਾਮ ਹੈ ਕਾਨਾ। ਉਹਨੇ ਉੱਚੀ ਸੁਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਕੇ ਦੋ ਗੱਲਾਂ ਆਖੀਆਂ। ਆਖਿਆ ਗੁਰੂ ਅਰਜਨ, ਮੈਂ ਸ਼ਾਹਜਹਾਨ ਪਾਤਸ਼ਾਹ, ਮੈਂ ਜਹਾਂਗੀਰ ਪਾਤਸ਼ਾਹ ਦੇ ਦਰਬਾਰ ਤੱਕ ਪਹੁੰਚ ਰੱਖਣ ਵਾਲਾ ਬੰਦਾ ਹਾਂ, ਸਮਾਂ ਆਵੇਗਾ ਉੱਥੇ ਜਾ ਕੇ ਤੁਹਾਡੀ ਮੈਂ ਸ਼ਿਕਾਇਤ ਕਰਾਂਗਾ ਤੇ ਤੁਹਾਨੂੰ ਉਹਦੇ ਸਾਹਮਣੇ ਜਾ ਕੇ ਜ਼ਲੀਲ ਹੋਣਾ ਪਵੇਗਾ। ਬਹੁਤ ਸਤਿਕਾਰਯੋਗ ਮਹਾਂਪੁਰਖ ਬਾਬਾ ਗਿਆਨ ਸਿੰਘ ਸਾਹਿਬ ਜੀ ਅਤੇ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਚੰਦ, ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸ਼੍ਰੀਮਾਨ ਸੰਤ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ, ਇਹ ਉਹ ਬੂਟੇ ਨੇ ਜਿਹੜੇ ਕੌਮ ਦੀ ਸੇਵਾ ਕਰ ਰਹੇ ਹਨ, ਇਮਾਰਤਾਂ ਕਰਕੇ ਅਤੇ ਕੌਮ ਦੀ ਨੌਜਵਾਨੀ ਨੂੰ ਸਾਂਭਣ ਕਰਕੇ ਹੋਰ ਹਜ਼ਾਰਾਂ ਤਰੀਕਿਆਂ ਦੀਆਂ ਸੇਵਾਵਾਂ ਨਿਭਾਉਣ ਦਾ ਯਤਨ ਕਰ ਰਹੇ ਨੇ। ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹਨਾਂ ਨੂੰ ਪੂਰੀਆਂ ਕਰਨ ਦਾ ਯਤਨ ਕਰ ਰਹੇ ਹਨ। ਆਪਣੇ ਬੱਚਿਆਂ ਨੂੰ ਅਸੀਸ ਦੇ ਰੂਪ ਦੇ ਵਿੱਚ 500-500 ਰੁਪਏ ਦਾ ਵੱਡਾ ਇਨਾਮ ਭੇਜਿਆ ਗਿਆ। ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਦਾ ਹਾਂ। ਉਹਨਾਂ ਦੇ ਕੋਲੋਂ ਸਿੱਖ ਕੇ ਤੇ ਆਪ ਸੰਗਤ ਦੇ ਸਰਮੁਖ ਖਲੋਣ ਦਾ ਇਹ ਛੋਟਾ ਜਿਹਾ ਉਪਰਾਲਾ ਦਾਸ ਦੇ ਨਿਮਾਣੇ ਜੇ ਢਾਡੀ ਜਥੇ ਵੱਲੋਂ ਹੋਇਆ ਹੈ। ਕਵੀਸ਼ਰ ਦਿਲਬਾਗ ਸਿੰਘ ਜੀ ਸਰਿਆਲੀ ਸਾਹਿਬ, ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਦੇ ਨਾਮ ਦੇ ਉੱਤੇ ਵੱਡਾ ਮਾਣ ਦੇ ਕੇ ਗਏ ਨੇ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਸੰਗਤ ਜੀ, ਜਿਹੜਾ ਕਾਨਾ ਸੀ ਨਾ ਮਹਾਰਾਜ ਨੂੰ ਬੜੇ ਰੁੱਖੇ ਬੋਲ ਬੋਲਦਾ ਹੈ, ਕਹਿੰਦਾ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਤੱਕ ਮੇਰੀ ਪਹੁੰਚ ਹੈ, ਮੈਂ ਸ਼ਿਕਾਇਤ ਕਰਾਂਗਾ ਉਹਦੇ ਸਾਹਮਣੇ ਤੁਹਾਨੂੰ ਜ਼ਲੀਲ ਹੋਣਾ ਪਵੇਗਾ, ਹੋ ਸਕਦਾ ਉਹਦੀ ਤਲਵਾਰ ਚੱਲੇ ਤੇ ਤੁਹਾਡਾ ਸਿਰ ਲੱਥ ਜਾਵੇ। ਦਰ ਆਈ ਮੌਤ ਨੂੰ ਕਬੂਲੀ ਦਾ ਨਹੀਂ ਹੈ, ਮੈਂ ਮੌਤ ਦਾ ਫਰਮਾਨ ਲੈ ਕੇ ਤੁਹਾਡੇ ਸਾਹਮਣੇ ਖਲੋਤਾ ਹਾਂ, ਨਹੀਂ ਤੇ ਮੇਰੀ ਲਿਖੀ ਹੋਈ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕਰੋ ਤੇ ਨਹੀਂ ਤੇ ਤੁਹਾਨੂੰ ਮੌਤ ਕਬੂਲਣੀ ਪਵੇਗੀ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਉਣ ਲੱਗੇ, ਆਖਿਆ ਕਾਨੇ ਸਾਡੀ ਮੌਤ ਤੇ ਜਦੋਂ ਆਵੇਗੀ ਵੇਖੀ ਜਾਵੇਗੀ, ਸਾਡੀ ਮੌਤ ਦੀ ਭਵਿੱਖਬਾਣੀ ਤੇ ਤੂੰ ਕਰ ਲਈ ਹੈ, ਪਰ ਤੈਨੂੰ ਇਸ ਗੱਲ ਦਾ ਪਤਾ ਹੈ ਕਿ ਤੂੰ ਲਾਹੌਰ ਪਹੁੰਚਣਾ ਹੈ ਕਿ ਨਹੀਂ ਪਹੁੰਚਣਾ। ਯਾਦ ਰੱਖੋ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ, ਕਹਿੰਦਾ ਹੈ ਕਿ ਲਾਹੌਰ ਜਾਂਦਿਆਂ ਜਾਂਦਿਆਂ ਕਾਨਾ ਘੋੜੇ ਤੋਂ ਥੱਲੇ ਡਿੱਗਾ ਤੇ ਇਹਦੀ ਮੌਤ ਹੋ ਗਈ, ਇਹਦਾ ਮਣਕਾ ਟੁੱਟ ਗਿਆ ਸੀ। ਹਜ਼ੂਰ ਦੇ ਨਾਲ ਮੱਥਾ ਲਾਉਣ ਵਾਲਾ ਅੱਜ ਤੱਕ ਬਚਿਆ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਦੀਨ ਦੁਨੀਆਂ ਦੇ ਮਾਲਕ ਆਪ ਸਾਕਸ਼ਾਤ ਪਰਮੇਸ਼ਰ ਦੇ ਸਾਹਮਣੇ ਸਵਾਲ ਰੱਖਦਾ ਹੈ ਜਹਾਂਗੀਰ ਬਾਦਸ਼ਾਹ, ਕਹਿੰਦਾ ਹੈ ਕਿ ਮੈਂ ਸੁਣਿਆ ਹੈ, ਮੇਰੇ ਕਾਜ਼ੀਆਂ ਨੇ ਦੱਸਿਆ ਹੈ, ਧਰਮੀ ਲੋਕਾਂ ਨੇ ਇਹ ਗੱਲ ਮੈਨੂੰ ਦੱਸੀ ਹੈ ਕਿ ਜਿਹੜਾ ਗ੍ਰੰਥ ਤੁਸੀਂ ਲਿਖਿਆ ਹੈ ਉਹਦੇ ਵਿੱਚ ਇਸਲਾਮ ਦੀ ਬੜੀ ਤੋਹੀਨ ਰੱਖੀ ਗਈ ਹੈ, ਉਹਦੇ ਵਿੱਚ ਮੁਸਲਮਾਨਾਂ ਦੀ ਬਦਨਾਮੀ ਲਿਖੀ ਗਈ ਹੈ, ਤੇ ਜੇਕਰ ਉਹਦੇ ਵਿੱਚ ਤੁਸੀਂ ਮੁਸਲਮਾਨਾਂ ਦੀ ਸ਼ੋਭਾ ਲਿਖਦੇ ਹੋ ਤੇ ਹੋ ਸਕਦਾ ਹੈ ਤੁਹਾਡਾ ਬਚਾਅ ਹੋ ਜਾਵੇ। ਤੇ ਮਹਾਰਾਜ ਨੇ ਨਾਂ ਦੇ ਵਿੱਚ ਸਿਰ ਲਾਇਆ, ਆਖਿਆ ਹਿੰਦੁਸਤਾਨ ਦੇ ਬਾਦਸ਼ਾਹ ਇਹ ਧੁਰ ਕੀ ਬਾਣੀ ਹੈ, ਇਹ ਅਕਾਲ ਦੀ ਬਾਣੀ ਹੈ, ਨਿਰੰਕਾਰ ਦੀ ਬਾਣੀ, ਇਹਦੇ ਵਿੱਚੋਂ ਨਾ ਕੋਈ ਅੱਖਰ ਕੱਟਿਆ ਜਾ ਸਕਦਾ ਹੈ ਤੇ ਨਾ ਆਪਣੀ ਮਰਜ਼ੀ ਦੇ ਨਾਲ ਕੋਈ ਪਾਇਆ ਜਾ ਸਕਦਾ ਹੈ, ਤੇ ਅਸੀਂ ਤੇਰੀ ਇਸਲਾਮ ਦੀ ਗੱਲ ਇਹਦੇ ਵਿੱਚ ਸ਼ੋਭਾ ਵਜੋਂ ਕਿਵੇਂ ਲਿਖ ਦਈਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ, ਉਹਨਾਂ ਦੀ ਆਤਮਾ ਦੀ ਰੂਹ ਦੀ ਗੁਰਬਾਣੀ, ਇਹ ਧੁਰ ਦਰਗਾਹ ਤੋਂ ਆਈ ਹੋਈ ਬਾਣੀ ਹੈ, ਇਹ ਬੰਦਿਆਂ ਦੀ ਬਾਣੀ ਨਹੀਂ ਹੈ, ਸਰੀਰਾਂ ਦੀ ਗੱਲ ਨਹੀਂ ਹੈ। ਇਹਨੇ ਦੂਸਰਾ ਸਵਾਲ ਕਰ ਦਿੱਤਾ, ਆਖਿਆ ਜੇ ਸਾਡੀ ਸ਼ੋਭਾ ਨਹੀਂ ਲਿਖਣੀ ਤੇ ਫਿਰ ਦੂਸਰੇ ਪਾਸੇ ਆ ਜਾ, ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਮੇਰਾ ਪੁੱਤਰ ਖੁਸਰੋ ਜਿਹਨੂੰ ਤੂੰ ਲੰਗਰ ਛਕਾਇਆ ਹੈ, ਪ੍ਰਸ਼ਾਦਾ ਛਕਾਇਆ ਹੈ, ਛਕਾਇਆ ਹੈ ਕਿ ਨਹੀਂ? ਮਹਾਰਾਜ ਕਹਿੰਦੇ ਛਕਾਇਆ ਹੈ। ਗੁਰੂ ਨਾਨਕ ਦਾ ਦਰਬਾਰ ਹੈ, ਇਸ ਦਰਬਾਰ ਦੇ ਅੰਦਰ ਕੋਈ ਵੈਰੀ ਵੀ ਆ ਜਾਵੇ
ਉਹਨੂੰ ਵੀ ਪ੍ਰਸ਼ਾਦਾ ਛਕਾਇਆ ਜਾਂਦਾ। ਯਾਦ ਰੱਖ, ਤੇਰਾ ਪਿਓ ਅਕਬਰ ਆਇਆ ਤੇ ਅਸੀਂ ਉਹਨੂੰ ਵੀ ਪ੍ਰਸ਼ਾਦਾ ਛਕਾਇਆ ਸੀ। ਜੇ ਤੇਰਾ ਪੁੱਤਰ ਆ ਗਿਆ ਉਹ ਵੀ ਛੱਕ ਕੇ ਚਲਿਆ ਗਿਆ, ਤੂੰ ਆਵੇਂਗਾ ਅਸੀਂ ਤੈਨੂੰ ਵੀ ਛਕਾ ਦੇਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਜਹਾਂਗੀਰ ਬਾਦਸ਼ਾਹ ਕਹਿੰਦਾ ਕਿ ਤੂੰ ਉਹਨੂੰ ਤਿਲਕ ਲਾਇਆ ਗੁਰਿਆਈ ਦਾ, ਹਿੰਦੁਸਤਾਨ ਦਾ ਬਾਦਸ਼ਾਹ ਬਣਾਉਣ ਵਾਸਤੇ ਤੂੰ ਉਹਨੂੰ ਤਖਤ ਦਾ ਤਿਲਕ ਲਾਇਆ ਹੈ ਤੇ ਨਾਲ 5000 ਰੁਪਈਆ ਨਗਦ ਉਹਨੂੰ ਭੇਟਾ ਦਿੱਤੀ ਹੈ, ਤੇ ਇਹ ਸਾਡੇ ਬਾਬਤ ਕੋਈ ਸਾਜਿਸ਼ ਨਹੀਂ, ਇਹ ਸਾਡੇ ਸਾਹਮਣੇ ਕੋਈ ਵਿਦਰੋਹ ਨਹੀਂ, ਉਹ ਤੇ ਬਾਗੀ ਸੀ, ਤੂੰ ਵੀ ਬਾਗੀਆਂ ਵਾਲਾ ਕੰਮ ਕੀਤਾ ਹੈ। ਮਹਾਰਾਜ ਕਹਿੰਦੇ ਇਹ ਗੱਲ ਝੂਠ ਹੈ ਸ਼ਹਿਨਸ਼ਾਹ, ਅਸੀਂ ਉਹਨੂੰ ਤਿਲਕ ਨਹੀਂ ਲਾਇਆ, ਅਸੀਂ ਬਾਦਸ਼ਾਹ ਦਾ ਤਿਲਕ ਉਹਨੂੰ ਨਹੀਂ ਲਾਇਆ ਤੇ ਨਾ ਅਸੀਂ ਉਹਨੂੰ ਪੈਸਿਆਂ ਵਜੋਂ ਕੋਈ ਰਕਮ ਦਿੱਤੀ ਹੈ, ਇਹ ਗੱਲ ਤੈਨੂੰ ਕਿਸੇ ਨੇ ਝੂਠੀ ਆਖੀ ਹੈ। ਤੀਸਰੀ ਗੱਲ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਉਹਨੇ ਕਹੀ ਹੈ, ਉਹ ਕਹਿੰਦਾ ਮਹਾਰਾਜ ਜਾਂ ਤੇ ਹੁਣ ਦੀਨੇ ਇਸਲਾਮ ਕਬੂਲ ਕਰ ਲਓ ਤੇ ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਉਣ ਲੱਗ ਪਏ। ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਹੋਰ ਕੁਝ ਆ, ਕਹਿੰਦੇ ਜੇ ਅਜੇ ਵੀ ਮੌਤ ਦੀ ਸਜ਼ਾ ਕਬੂਲ ਨਹੀਂ ਕਰਨੀ ਤੇ 2 ਲੱਖ ਰੁਪਈਆ ਜੁਰਮਾਨਾ ਤਾਰ ਕੇ ਤੇ ਬਰੀ ਹੋ ਸਕਦੇ ਜੇ ਕੇਸ ਤੋਂ। ਮਹਾਰਾਜ ਨੇ ਆਖਿਆ ਹਿੰਦੁਸਤਾਨ ਦੇ ਬਾਦਸ਼ਾਹ ਮੌਤ ਦੀ ਕੋਈ ਸਜ਼ਾ ਨਹੀਂ ਹੁੰਦੀ, ਮੌਤ ਦੀ ਸਜ਼ਾ ਤੇ ਤਾਂ ਹੋਵੇ ਜੇ ਤੈਨੂੰ ਨਹੀਂ ਆਉਣੀ, ਇਹ ਤੇ ਸੰਤਾਂ ਨੂੰ ਵੀ ਆਉਣੀ ਹੈ, ਚੋਰਾਂ ਨੂੰ ਵੀ ਆਉਣੀ ਹੈ, ਠੱਗਾਂ ਨੂੰ ਵੀ ਆਉਣੀ ਹੈ, ਮੌਤ ਤੇ ਅਟਲ ਸੱਚਾਈ ਹੈ, ਇਹਦਾ ਸਾਹਮਣਾ ਕਰਨਾ ਪੈਣਾ ਹੈ ਅੱਜ ਨਹੀਂ ਤੇ ਸਵੇਰੇ। ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਫਿਰ ਕਾਜ਼ੀ ਨੇ ਫਤਵਾ ਜਾਰੀ ਕੀਤਾ ਯਾਸਾ ਕਾਨੂੰਨ ਦੇ ਤਹਿਤ। ਯਾਸਾ ਕਾਨੂੰਨ ਉਹ ਕਾਨੂੰਨ ਹੈ ਜਿਹਦੇ ਵਿੱਚ ਖੂਨ ਧਰਤੀ ਦੇ ਉੱਤੇ ਨਾ ਨਹੀਂ ਡੁੱਲਣਾ ਚਾਹੀਦਾ। ਉਹਨੇ ਫਰਮਾਨ ਜਾਰੀ ਕਰ ਦਿੱਤਾ ਕਿ ਕਿਸੇ ਦਰਵੇਸ਼ ਦਾ ਖੂਨ ਜੇ ਧਰਤੀ ਦੇ ਉੱਤੇ ਡੁੱਲੇ ਤੇ ਇਨਕਲਾਬ ਪੈਦਾ ਹੁੰਦਾ ਹੈ, ਗੁਰੂ ਅਰਜਨ ਦਾ ਖੂਨ ਧਰਤੀ ਦੇ ਉੱਤੇ ਨਹੀਂ ਡੁੱਲਣਾ ਚਾਹੀਦਾ, ਸਜ਼ਾਵਾਂ ਦੇ ਕੇ ਤੇ ਇਹਨੂੰ ਮਾਰ ਦਿੱਤਾ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਮੁਰਤਜਾ ਖਾਨ ਬਾਹਰ ਲੈ ਕੇ ਆਇਆ ਹੈ ਤੇ ਮੁਰਤਜਾ ਖਾਨ ਤੋਂ ਅੱਗੇ ਚੰਦੂ ਪਾਪੀ ਦੀ ਹਵੇਲੀ ਤੱਕ ਮਹਾਰਾਜ ਸੱਚੇ ਪਾਤਸ਼ਾਹ ਬਚਾਏ ਜਾਂਦੇ ਨੇ। ਚੰਦੂ ਪਾਪੀ ਮਹਾਰਾਜ ਦੇ ਨਾਲ ਫਿਰ ਸਵਾਲ ਤੇ ਜਵਾਬ ਕਰਦਾ ਹੈ, ਕਹਿੰਦਾ ਮਹਾਰਾਜ ਅਜੇ ਵੀ ਬਚਾਅ ਹੋ ਸਕਦਾ ਹੈ, 2 ਲੱਖ ਮੈਂ ਤਾਰ ਦਿਆਂਗਾ, ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰ ਲਓ। ਹਜ਼ੂਰ ਨੇ ਆਖਿਆ ਨਹੀਂ, ਤੂੰ ਉਹੋ ਹੀ ਹੈ ਨਾ ਜਿਹੜਾ ਕਹਿੰਦਾ ਸੈਂ ਕਿ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਏ, ਜੇ ਆਪਣੇ ਆਪ ਨੂੰ ਚੁਬਾਰਾ ਦੱਸਦਾ ਸੈਂ ਤੇ ਗੁਰੂ ਘਰ ਨੂੰ ਮੋਰੀ ਦੱਸਦਾ ਸੈਂ, ਨੀਵਿਆਂ ਦੱਸਦਾ ਸੈਂ। ਗੁਰੂ ਦਾ ਘਰ ਤੇ ਉੱਚਾ ਹੈ, ਪਰਮੇਸ਼ਰ ਦਾ ਘਰ ਨੀਵਾਂ ਨਹੀਂ ਹੋ ਸਕਦਾ, ਇਹ ਤੇ ਸਾਰਿਆਂ ਦੇ ਨਾਲੋਂ ਉੱਚਾ ਏ ਤੇ ਤੂੰ ਗੁਰੂ ਘਰ ਨੂੰ ਨੀਵਾਂ ਦੱਸਦਾ ਸੈਂ, ਦੁਸ਼ਟਾ ਤੇਰੀ ਗੱਲ ਸਾਨੂੰ ਕਦਾਚਿਤ ਪ੍ਰਵਾਨ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੇ ਪ੍ਰਵਾਨ ਨਹੀਂ ਹੈ ਤੇ ਆਹ ਵੇਖੋ ਉਬਲਦੀ ਹੋਈ ਦੇਗ ਉਹਦੇ ਵਿੱਚ ਬਹਿਣਾ ਪਵੇਗਾ। ਮਹਾਰਾਜ ਕਹਿੰਦੇ ਸਾਨੂੰ ਮਨਜ਼ੂਰ ਹੈ, ਉਬਲਦੀ ਹੋਈ ਦੇਗ ਦੇ ਵਿੱਚ ਸਾਕਸ਼ਾਤ ਪਰਮੇਸ਼ਰ ਨੂਰੇ ਨਜ਼ਰ ਧੰਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਨੇ। ਅਗਲਾ ਦਿਨ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਵਾਸਤੇ ਤੱਤੀ ਤਵੀ ਤਾਈ ਗਈ, ਐਨ ਲਾਲ ਜਦੋਂ ਪੱਖ ਉੱਠੀ ਤਵੀ, ਮਹਾਰਾਜ ਜੀ ਨੂੰ ਉੱਪਰ ਤਵੀ ਦੇ ਬਿਠਾਇਆ ਗਿਆ, ਗੁਰਦਿੱਤਾ ਭੜਭੂੰਜਾ, ਚੰਦੂ ਪਾਪੀ ਦੇ ਕਹਿਣ ਦੇ ਉੱਤੇ ਭੱਖਦੀ ਹੋਈ ਰੇਤ ਦੇ ਕੜਛੇ ਭਰ ਭਰ ਕੇ ਮਹਾਰਾਜ ਜੀ ਦੇ ਸੀਸ ਦੇ ਵਿੱਚ ਪਾਉਂਦਾ ਹੈ। ਉਧਰੋਂ ਸਾਈ ਮੀਆਂ ਮੀਰ ਜੀ ਨੂੰ ਇਹ ਖਬਰ ਪਹੁੰਚਦੀ ਹੈ, ਉਹ ਗੱਲ ਦੇ ਵਿੱਚ ਪੱਲਾ ਪਾ ਕੇ ਦੀਨ ਦੁਨੀਆਂ ਦੇ ਮਾਲਕ ਦੇ ਸਾਹਮਣੇ ਆ ਕੇ ਕੁਝ ਗੱਲਾਂ ਇਉਂ ਕਰਦੇ ਪਏ। ਵਿਚਾਰ ਤੱਤੇ ਜਹਾਂਗੀਰ ਤੇ ਮੁਰ
ਤੇ ਚੰਦੂ ਚੰਦਰ ਕਹੇ ਮੁਕਾਰ ਤੱਥੇ ਛਿੰਦਾ ਕਹੇ ਇੱਕ ਗੁਰੂ ਜੀ ਤੁਸੀਂ ਠੰਡੇ ਬਾਕੀ ਇੱਕ ਨਾ ਕਈ ਹਜ਼ਾਰ ਤੱਥੇ Thank you.
मीठा मन्या मुखड़े ते नूर बड़ा तेरा किया मीठा मन्या मुखड़े ते नूर बड़ा मुखड़े ते नूर बड़ा मुखड़े बहुत ही सत्कारयोग श्रीमान संत बाबा कोला सिंह साहब जी उन्हां दे भ्राता जथेदार भाई दिलबाग सिंह साहब जी पहुँचे ने साडे नाल बड़ा प्यार है बहुत वड्डा माण वी असीस दे रूप दे विच बच्चियां नूं दे के गए ने उन्हां दा तहे दिलों धन्नवाद करदे हाँ ये सारा ही थां थां दे उत्ते जिहड़ियां कार सेवावां हो रहियां ने मुख सेवादार श्रीमान संत बाबा कोला सिंह साहब जी वागडोर संभाल रहे ने ते उन्हां दे थापे होए समुचे महापुरख समुचे जथेदार थां थां दे उत्ते संगत की सेवा कर रहे हैं। संगत जी समा तकरीबन समाप्त होने वाला है, एक आखिरी कविता संगत दे सन्मुख बयान करके ते असी खेमा दे जाचक हो जाना है क्योंकि बहुत ही सत्कारयोग कवीशरां दी साडी अपनी जमात साडे भरा भी बैठे ने उन्होंने भी आप संगत दे सन्मुख थोड़ा थोड़ा समा हाजरी भरनी है। आओ जहांगीर बादशाह दा भेजिया जेदे सामने जहांगीर बादशाह भी झुकदा है साई मियां मीर जेदे तपड़ा दे उते जाके मुर्तजा खान वर्गे बहिंदे ने जेदे सामने जाके चंदू पापी झुक के सलामा करदा है सरकारे दरबारे वड्डी पहुंच रखण वाला समय दा युग पुरश जेदे कोलों महाराज सच्चे पातशाह जी ने सचखंड श्री हरिमंदर साहब की नींह रखवाई सी एक दरवेश ओदे दिल दे अंदर एक हूक उठी हजूर दे दीदारे करन वास्ते पहुंचा जदों महाराज सच्चे पातशाह जी दे दर्शन किते भांबड़ मचदा होया थले अग दा तत्ती तवी सीस दे विच पैंदा होया तत्ता रेता थां थां दे उते जिसम दे उते पए होए छाले जदों नेत्रां दे नाल साईं मियां मीर ने तके ते अखां दे विच मन लहू आ गया मथे दे उत्ते त्योड़ियां पै गईयां। सतगुर सच्चे पातशाह आप परमेश्वर हो आप खुदा हो निरंकार हो सारियां कला वरताउण वाले हो दीन दुनिया दे मालक ये की खेड रचा रहे हो। ते महाराज सच्चे पातशाह ने मुस्करा के एक गल आखी सी वेखो दुनियावी बंदे दी बात होवे ते ओह चीकां मारेगा दुनियावी बंदे दी बात होवे ते लख लख उलामे देवेगा लोकां नूं पर हजूर जिस तरह सिंघासन दे उत्ते बहिंदे सन कहिंदे फर्क इन्ना ही है पहला थले रेशमी गदेले सन ते हुण तवी है पहला सिर दे उत्ते चौर सी ते हुण गुरदित्ते भड़पूंजे दा कड़छा है ते पहला तन दे उत्ते फुल वरदे सन पैंदे सन संगत दे वल्लों ते अज तती रेत पै रही है साईं मियां मीर फर्क इन्ना ही है। सतगुरु जी ये की खेल रचा रहे हो तुसी एक बारी दो बोल बोलो मैं धरती पुठी कर देंगा लाहौर ते दिल्ली दी इट दे नाले इट वजा देंगा। महाराज मुस्करा के कहन लगे साईं मियां मीर निरंकार दे भाणे नूं मन्नण दी गल है रजाक नूं ओहदी रजा दे अंदर रहना चाहीदा है तेरा की आ मीठा लागे हर नाम पदार्थ नानक मांगे दा सिद्धांत है इनू ते भाणा मनना कहिंदे ने भाणा कहना सौखा आ ओह भाणा है। मैं आरंभ गल इथों कीती सी कि सच दे उते चलना होवे ते गुरु अर्जन साहिब सच्चे पातशाह दा जीवन पढ़ना पवेगा ते सच जाणियो सच दा रस्ता जिहड़ा है औखा हुंदा है बिखड़ा हुंदा है तिखी तलवार वर्गा हुंदा है ते महाराज सच्चे पातशाह उस सच दे पांधी हन। हजूर ने समय दी जालम हकूमत दे सामने अपना सिर नहीं झुकाया उस निरंकार दे रंग दे अंदर अडोल रहे हन। चंदू पापी वर्गे अज भी आके तीन दिन महाराज दे उत्ते तशद्दुद हुंदा रहा है तीसरे दिन आके महाराज दे सामने फिर चंदू पापी ने ओह गल आखी है 2 लख मैं तार दिना महाराज मेरी लड़की का रिश्ता प्रवान कर लो अजे भी मौत तो बच जाओगे। महाराज मुस्कुराउण लग पए आखिरी सजा जड़ी मैं इतिहास के पन्नों के उत्ते पढ़ी है हजूर नूं पत्थर वजे ने
महाराज दे प्रवटे दे उतों खून सिमिया है। चंदू पापी दे मन दे अंदर दहल आया कि यासा कानून दे तहत महाराज सच्चे पातशाह नूं सजा देनी सी। जहांगीर बादशाह नूं पता लग गया कि जिसम दे विचों खून सिमिया है, मेरी मौत हो जाएगी। हजूर दे तन दे उत्ते ठंडा रावी दरिया का पानी पाउण वास्ते महाराज नूं लैके चले ने। कई बंदे ये गल कहिंदे हन कि महाराज सच्चे पातशाह टुब्बी ला गए ते वापस नहीं मुड़े। असल दे विच उह आत्म हत्या हुंदी है ते गुरबाणी दे मुताबक महाराज कहिंदे ने आत्म घाती जगत कसाई ते सतगुरु आत्म हत्या नहीं कर सकते। सतगुरु सच्चे पातशाह तत्ती तवी दे उत्ते बह के जिहड़े अडोल ने उह रावी दरिया दे विच छाल मार के मरन गए। उहनां दी शहीदी दे उत्ते दाग लाउण दा यतन कीता जा रिहा है। असल दे विच ते पापी बंदिया ने 30 मई सन 1606 नूं हजूर दे तन दे नाल भारे भारे पत्थर बन के महाराज सच्चे पातशाह नूं रावी दरिया दे विच इउं रोड़िया पई। ਸ਼ਹੀਦ ਹੋਣ ਦੀ ਜਾਚ ਦੱਸ ਗਏ ਹੋ
ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਕਰਕੇ ਉਹਨਾਂ ਦੇ ਨਾਮ ਦੇ ਨਾਲ ਜੁੜਿਆ ਲਫ਼ਜ਼ ਸਦਾ ਵਾਸਤੇ ਅਮਰ ਆਤਮਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਨਵੇਕਲੀ ਸ਼ਹਾਦਤ ਸੰਸਾਰ ਦੇ ਨਾਲ ਉਹਨਾਂ ਦੀ ਹੋਈ ਹੈ ਉਹਨਾਂ ਦੇ ਤਨ ਦੇ ਉੱਤੇ ਜ਼ਾਲਮ ਲੋਕਾਂ ਨੇ ਰਾਵੀ ਦਰਿਆ ਦਾ ਠੰਡਾ ਪਾਣੀ ਪਾਇਆ ਸੜੇ ਹੋਏ ਤਨ ਦੇ ਉੱਤੇ ਠੰਡਾ ਪਾਣੀ ਪੈਂਦਾ ਇਹਨਾਂ ਜਦੋਂ ਤੇ ਕਹਿੰਦੇ ਤਸੀਹਾ ਵੱਧ ਆਉਂਦਾ ਹੈ ਤਕਲੀਫ ਜ਼ਿਆਦਾ ਹੁੰਦੀ ਹੈ ਉਹਨਾਂ ਨੇ ਕਸਰ ਕੋਈ ਨਾ ਛੱਡੀ ਪਰ ਸ਼ਾਂਤੀ ਦੇ ਪੁੰਜ ਗਿਆਨ ਦੇ ਮੁਜਸਮੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਇੱਕ ਸੁਨੇਹਾ ਦਿੰਦਿਆ ਹੋਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲਾ ਕੇ ਸਦਾ ਵਾਸਤੇ ਸਰੀਰ ਕਰਕੇ ਅਲਵਿਦਾ ਕਹਿ ਗਏ ਤੇ ਉਸ ਤਰ੍ਹਾਂ ਹਰ ਵਕਤ ਆਪਣੇ ਸਿੱਖਾਂ ਦੇ ਨਾਲ ਮੌਜੂਦ ਹਨ ਬਹੁਤ ਸਤਿਕਾਰਯੋਗ ਬਾਬਾ ਗੁਰਭੇਜ ਸਿੰਘ ਸਾਹਿਬ ਜੀ ਚੋਹਲਾ ਸਾਹਿਬ ਤੋਂ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਤਨੇ ਵੀ ਸੰਤ ਮਹਾਂਪੁਰਖ ਹਾਜ਼ਰੀ ਲਗਵਾ ਕੇ ਗਏ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਇਤਨੀ ਕੁ ਸੇਵਾ ਸਾਡੀ ਪ੍ਰਵਾਨ ਕਰੋ ਬਹੁਤ ਸਤਿਕਾਰਯੋਗ ਸਟੇਜ ਸਕੱਤਰ ਸਾਹਿਬਾਨ ਭਾਈ ਹੀਰਾ ਸਿੰਘ ਜੀ ਮਨਿਹਾਲਾ ਬੜੇ ਸਿਆਣੇ ਤੇ ਸੂਝਵਾਨ ਪੁਰਸ਼ ਨੇ ਉਹਨਾਂ ਨੇ ਸਮਾਂ ਦੇ ਕੇ ਨਵਾਜਿਆ ਉਹਨਾਂ ਦਾ ਧੰਨਵਾਦ ਮਹਾਂਪੁਰਖ ਬਾਬਾ ਗਿਆਨ ਸਿੰਘ ਸਾਹਿਬ ਜੀ ਸਟੇਜ ਦੇ ਉੱਪਰ ਬੈਠੇ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਭਾਈ ਦਿਲਬਾਗ ਸਿੰਘ ਸਾਹਿਬ ਜੀ ਬੈਠੇ ਨੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਖਿਮਾ ਦੇ ਜਾਚਕ ਹਾਂ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ